पुलिस की गड्डी विच मूंह लुकोई बैठियां ये जनानियां देखण नूं बेशक सीधियां साधियां नज़र आ रही ने, पर इन्हां दे भोले भाले रूप दे पिछे वड्डे वड्डे कारनामियां दी कहानी सुन तुहाडे पैरां हेठों जमीन खिसक सकदी है। मामला अमृतसर तो सामने आया है, जिथे ये जनानियां धार्मिक अस्थान ते आउण वाले श्रद्धालुआं नाल कुछ अजिहा करदियां सी कि देखदे ही देखदे श्रद्धालुआं नूं कंगाल कर दिंदियां सी, जिस दे गिरोह दा पंजाब पुलिस ने पर्दाफाश कर दिता ते हुण ये जनानियां नूं काबू कर लिया। ਹਾਂਜੀ ਸਰ, ਇਹ ਕਿਹੜੀਆਂ ਜਿਹੜੀਆਂ ਮਹਿਲਾਵਾਂ ਗ੍ਰਿਫਤਾਰ ਕੀਤੀਆਂ ਗਈਆਂ ਨੇ ਤੇ ਕਿੱਥੋਂ ਕੀਤੀਆਂ ਗਈਆਂ ਨੇ ਜੀ? ਇਹ ਗੁਰਦੁਆਰਾ ਸ਼ਹੀਦਾਂ ਸਾਹਿਬ ਪਹੁੰਚਣ। ਹਾਂਜੀ, ਕੀ ਕਰਦੀਆਂ ਸੀ ਜੀ ਉੱਥੇ? ਇਹ ਇਹਨਾਂ ਦਾ ਇੱਕ ਗਰੁੱਪ ਹੈ, ਕੋਈ ਉਹਨਾਂ ਦੇ ਲੋਕਾਂ ਦੇ ਦੱਸਣ ਮੁਤਾਬਕ 8-10 ਦਾ ਜਿਹੜੇ ਕੋਈ ਬਜ਼ੁਰਗ ਆਦਮੀ ਕੋਈ ਔਰਤ ਹੈ ਉਹਦੇ ਆਲੇ ਦੁਆਲੇ ਇਹਨਾਂ ਨੇ ਹੋਏ ਨਾ, ਉਹਦੀ ਕੋਈ ਚੈਨ ਲਾ ਲਈ ਜਾਂ ਕੋਈ ਉਹਦੀ ਵੰਗ ਲਾ ਲਈ ਸੋਨੇ ਦੀ, ਠੀਕ ਹੈ। ਇਹ ਇੱਕ ਦੂਜੇ ਨੂੰ ਮੁੜ ਕੇ ਮੌਕੇ ਤੇ ਜਿਹੜੀ ਆ ਕਿ ਇੱਕ ਲਾਈ ਦੂਜੇ ਨੇ ਪਾਸ ਕਰ ਦੇਣੀ, ਉਹ ਮੁੜ ਕੇ ਜਿਹੜਾ ਨਹੀਂ ਸੀ ਕਾਬੂ ਆਉਂਦੀਆਂ, ਹੁਣ ਕਾਲੇ ਕਾਬੂ ਆਈਆਂ ਨੇ ਸਾਡੇ। ਇਹ ਕਟਰ ਕੁਟਰ ਰੱਖੇ ਇਹਨਾਂ ਨੇ? ਹਾਂ, ਇਹ ਦੱਸਣਗੇ ਗਾਂ ਕੀ ਰੱਖਿਆ ਕਟਰ ਦਾ, ਕਿੱਦਾਂ ਕੀ ਕਰਦੀਆਂ ਸੀ। ਤਾਂ ਇਹ ਕੁਝ ਇਹਨਾਂ ਦੇ ਕੋਲ ਬਰਾਮਦ ਹੋਇਆ? ਹਾਲੇ ਕੁਛ ਨਹੀਂ ਬਰਾਮਦ ਹੋਇਆ, ਹਾਲੇ ਤਾਂ ਮਤਲਬ ਇਹਨਾਂ ਨੂੰ ਬਿਲਕੁਲ ਵਾਰਦਾਤ ਕਰਦੇ ਨੂੰ ਮੌਕੇ 'ਤੇ ਫੜਿਆ। ਤਾਂ ਸੀਸੀਟੀਵੀ ਵੀ ਆਈ ਹੈ ਜੀ ਕੋਈ ਸਾਹਮਣੇ? ਸੀਸੀਟੀਵੀ ਅੱਜ ਲੈਣੇ ਜਾ ਕੇ ਹੁਣ ਦੇਖਦੇ ਹਾਂ ਗਾਂ ਕੀ ਫਰਦ ਲੈਣ ਜਿਹੜੀ ਆ ਇਨਵੈਸਟੀਗੇਸ਼ਨ ਚੱਲਦੀ ਹੈ। ਤਾਂ ਪਿੱਛੋਂ ਕਿੱਥੋਂ ਦੀਆਂ ਰਹਿਣ ਵਾਲੀਆਂ ਨੇ? ਇਹ ਸੰਗਰੂਰ ਤੇ ਬਰਨਾਲਾ। ਤਾਂ ਇੱਥੇ ਕੀ ਕਰਨ ਦੇ ਲਈ ਅੰਮ੍ਰਿਤਸਰ ਆਈਆਂ? ਇਹ ਬਸ ਇਹੀ ਕੰਮ ਇਹਨਾਂ ਦਾ, ਜਿਹੜਾ ਇਹ ਗਰੋਹ ਬਣਾਇਆ ਹੋਇਆ ਵਾ, ਇੱਦਾਂ ਹੀ ਵਾਰਦਾਤਾਂ ਕਰਨੀਆਂ। ਤਾਂ ਹੋਰ ਵੀ ਮੈਂਬਰ ਨੇ ਇਹਨਾਂ ਨਾਲ? ਲੋਕਾਂ ਦੇ ਦੱਸਣ ਮੁਤਾਬਕ ਕਿ 10-12 ਨੇ, ਹੁਣ ਦੇਖੋ ਹੁਣ ਗਾਂ ਕੀ ਪਤਾ ਲੱਗਦਾ ਇਹਨਾਂ ਦੀ ਪੁੱਛਗਿੱਛ ਦੇ ਵਿੱਚ। ਰਿਮਾਂਡ ਲਿੱਤਾ ਜਾਏਗਾ ਜੀ? ਬਿਲਕੁਲ ਬਿਲਕੁਲ ਲਿੱਤਾ ਜਾਏਗਾ। ਤਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਦੇਖੋ ਜੀ, ਲੋਕਾਂ ਨੂੰ ਮੈਸੇਜ ਹੈ ਆਪਣਾ ਜਿਹੜਾ ਧਿਆਨ ਰੱਖੋ, ਠੀਕ ਹੈ, ਕਿਉਂਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਖਾਸ ਕਰਕੇ ਧਾਰਮਿਕ ਸਥਾਨਾਂ 'ਤੇ ਇਹ ਚੀਜ਼ਾਂ ਬਹੁਤ ਵਾਰਦਾਤਾਂ ਹੋ ਰਹੀਆਂ ਨੇ। ਕੋਸ਼ਿਸ਼ ਕਰੋ ਕਿ ਆਪਣਾ ਜਿਹੜਾ ਸੋਨਾ ਚਾਂਦੀ ਇਹ ਜਿਹੜਾ ਆਪਣਾ ਬਿਲਕੁਲ ਆਪਣੇ ਧਿਆਨ ਨਾਲ ਪਹਿਨੋ ਅਤੇ ਘੁੰਮੋ ਫਿਰੋ। ਹਾਂਜੀ ਸਰ, ਇਹ ਕਿਹੜੀਆਂ ਜਿਹੜੀਆਂ ਮਹਿਲਾਵਾਂ ਗ੍ਰਿਫਤਾਰ ਕੀਤੀਆਂ ਗਈਆਂ ਨੇ ਤੇ ਕਿੱਥੋਂ ਕੀਤੀਆਂ ਗਈਆਂ ਨੇ ਜੀ? ਇਹ ਗੁਰਦੁਆਰਾ ਸ਼ਹੀਦਾਂ ਸਾਹਿਬ ਪਹੁੰਚਣ। ਹਾਂਜੀ, ਕੀ ਕਰਦੀਆਂ ਸੀ ਜੀ ਉੱਥੇ? ਇਹ ਇਹਨਾਂ ਦਾ ਇੱਕ ਗਰੁੱਪ ਹੈ, ਕੋਈ ਉਹਨਾਂ ਦੇ ਲੋਕਾਂ ਦੇ ਦੱਸਣ ਮੁਤਾਬਕ 8-10 ਦਾ ਜਿਹੜੇ ਕੋਈ ਬਜ਼ੁਰਗ ਆਦਮੀ ਕੋਈ ਔਰਤ ਹੈ ਉਹਦੇ ਆਲੇ ਦੁਆਲੇ ਇਹਨਾਂ ਨੇ ਹੋਏ ਨਾ, ਉਹਦੀ ਕੋਈ ਚੈਨ ਲਾ ਲਈ ਜਾਂ ਕੋਈ ਉਹਦੀ ਵੰਗ ਲਾ ਲਈ ਸੋਨੇ ਦੀ, ਠੀਕ ਹੈ। ਇਹ ਇੱਕ ਦੂਜੇ ਨੂੰ ਮੁੜ ਕੇ ਮੌਕੇ 'ਤੇ ਜਿਹੜੀ ਆ ਕਿ ਇੱਕ ਲਾਈ ਦੂਜੇ ਨੇ ਪਾਸ ਕਰ ਦੇਣੀ, ਉਹ ਮੁੜ ਕੇ ਜਿਹੜਾ ਨਹੀਂ ਸੀ ਕਾਬੂ ਆਉਂਦੀਆਂ, ਹੁਣ ਕਾਲੇ ਕਾਬੂ ਆਈਆਂ ਨੇ ਸਾਡੇ। ਇਹ ਕਟਰ ਕੁਟਰ ਰੱਖੇ ਇਹਨਾਂ ਨੇ? ਹਾਂ, ਇਹ ਦੱਸਣਗੇ ਗਾਂ ਕੀ ਰੱਖਿਆ ਕਟਰ ਦਾ, ਕਿੱਦਾਂ ਕੀ ਕਰਦੀਆਂ ਸੀ। ਤਾਂ ਇਹ ਕੁਝ ਇਹਨਾਂ ਦੇ ਕੋਲ ਬਰਾਮਦ ਹੋਇਆ? ਹਾਲੇ ਕੁਛ ਨਹੀਂ ਬਰਾਮਦ ਹੋਇਆ, ਹਾਲੇ ਤਾਂ ਮਤਲਬ ਇਹਨਾਂ ਨੂੰ ਬਿਲਕੁਲ ਵਾਰਦਾਤ ਕਰਦੇ ਨੂੰ ਮੌਕੇ 'ਤੇ ਫੜਿਆ। ਤਾਂ ਸੀਸੀਟੀਵੀ ਵੀ ਆਈ ਹੈ ਜੀ ਕੋਈ ਸਾਹਮਣੇ? ਸੀਸੀਟੀਵੀ ਅੱਜ ਲੈਣੇ ਜਾ ਕੇ ਹੁਣ ਦੇਖਦੇ ਹਾਂ ਗਾਂ ਕੀ ਫਰਦ ਲੈਣ ਜਿਹੜੀ ਆ ਇਨਵੈਸਟੀਗੇਸ਼ਨ ਚੱਲਦੀ ਹੈ। ਤਾਂ ਪਿੱਛੋਂ ਕਿੱਥੋਂ ਦੀਆਂ ਰਹਿਣ ਵਾਲੀਆਂ ਨੇ? ਇਹ ਸੰਗਰੂਰ ਤੇ ਬਰਨਾਲਾ। ਤਾਂ ਇੱਥੇ ਕੀ ਕਰਨ ਦੇ ਲਈ ਅੰਮ੍ਰਿਤਸਰ ਆਈਆਂ? ਇਹ ਬਸ ਇਹੀ ਕੰਮ ਇਹਨਾਂ ਦਾ, ਜਿਹੜਾ ਇਹ ਗਰੋਹ ਬਣਾਇਆ ਹੋਇਆ ਵਾ, ਇੱਦਾਂ ਹੀ ਵਾਰਦਾਤਾਂ ਕਰਨੀਆਂ। ਤਾਂ ਹੋਰ ਵੀ ਮੈਂਬਰ ਨੇ ਇਹਨਾਂ ਨਾਲ? ਲੋਕਾਂ ਦੇ ਦੱਸਣ ਮੁਤਾਬਕ ਕਿ 10-12 ਨੇ, ਹੁਣ ਦੇਖੋ ਹੁਣ ਗਾਂ ਕੀ ਪਤਾ ਲੱਗਦਾ ਇਹਨਾਂ ਦੀ ਪੁੱਛਗਿੱਛ ਦੇ ਵਿੱਚ। ਰਿਮਾਂਡ ਲਿੱਤਾ ਜਾਏਗਾ ਜੀ? ਬਿਲਕੁਲ ਬਿਲਕੁਲ ਲਿੱਤਾ ਜਾਏਗਾ। ਤਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਦੇਖੋ ਜੀ, ਲੋਕਾਂ ਨੂੰ ਮੈਸੇਜ ਹੈ ਆਪਣਾ ਜਿਹੜਾ ਧਿਆਨ ਰੱਖੋ, ਠੀਕ ਹੈ, ਕਿਉਂਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਖਾਸ ਕਰਕੇ ਧਾਰਮਿਕ ਸਥਾਨਾਂ 'ਤੇ ਇਹ ਚੀਜ਼ਾਂ ਬਹੁਤ ਵਾਰਦਾਤਾਂ ਹੋ ਰਹੀਆਂ ਨੇ। ਕੋਸ਼ਿਸ਼ ਕਰੋ ਕਿ ਆਪਣਾ ਜਿਹੜਾ ਸੋਨਾ ਚਾਂਦੀ ਇਹ ਜਿਹੜਾ ਆਪਣਾ ਬਿਲਕੁਲ ਆਪਣੇ ਧਿਆਨ ਨਾਲ ਪਹਿਨੋ ਅਤੇ ਘੁੰਮੋ ਫਿਰੋ। पुलिस अधिकारी ने दसिया कि इन्हां जनानियां ते मामला दर्ज करके अगली कार्रवाई शुरू कर दी है। जिक्रयोग है कि ये जनानियां जिला बरनाला नाल संबंध रखदियां ने। हकीकी टीवी पंजाबी लई अमृतसर तो हरजीत गरेवाल की रिपोर्ट।